ਜਾਂ ਤਾਂ ਸਰ ਇਹਨਾਂ ਨੂੰ ਕਹਿ ਦਿਓ ਵੀ ਆਪਦੀ ਰੀਜਨਲ ਪਾਰਟੀ ਬਣਾ ਲੈਣ ਤੇ ਕਹਿਣ ਵੀ ਭਾਈ ਮੈਂ ਦਿੱਲੀ ਵਾਲੀ ਪਾਰਟੀ ਦਾ ਮੈਂਬਰ ਨਹੀਂ ਹੈਗਾ। ਤੁਸੀਂ ਨਹੀਂ ਮੰਨਦੇ ਰਾਹੁਲ ਗਾਂਧੀ ਨੂੰ ਆਪਣਾ ਪ੍ਰਧਾਨ। ਇਹ ਜੇ ਬਾਤ ਨਿਕਲੂਗੀ ਤਾਂ ਸਰ ਬੜੀ ਦੂਰ ਤੱਕ ਜਾਊਗੀ। ਜੋ SYL ਦੇ ਪੰਗੇ ਪਏ ਹੋਏ ਇਹਨਾਂ ਦੀ ਪਾਰਟੀ ਨੇ ਪਾਏ ਹੋਏ ਆ। ਜਾਤਾਂ ਨਾ ਇਹ ਹੋਵੇ ਵੀ ਆਪਾਂ ਨਹੀਂ ਇੱਥੇ ਰੀਜਨਲ ਪਾਰਟੀ ਹੋਵੇ, ਇਹ ਤਾਂ ਗੱਲ ਕਰ ਲੈਣ ਫੇਰ ਚੰਗੇ ਲੱਗਦੇ ਆ। ਹਾਲਾਂਕਿ ਘਾਟੇ ਵੀ ਨੇ, ਇਹਨਾਂ ਨੇ ਵੀ ਉਹੀ ਕੁਝ ਕਰਦੇ ਰਹੇ ਹੈਗੇ ਚਟਾਲੇ ਨਾਲ ਮਿਲ ਕੇ, ਪਰ ਇਹ ਗੱਲ ਕਰ ਲੈਣ ਫੇਰ ਵੀ ਰੀਜਨਲ ਪਾਰਟੀ ਹੈ। ਤੁਸੀਂ ਜਿਹੜੇ ਦਿੱਲੀੋਂ ਟਿਕਟਾਂ ਲੈ ਕੇ ਆਉਣੇ, ਉੱਥੋਂ ਤੁਹਾਡੀ ਪਾਰਟੀ ਚੱਲਦੀ ਰਹੀ ਹੈ, ਸਾਰਾ ਕੁਝ ਉੱਥੇ ਕਰਦੇ ਹੋ ਤੇ ਤੁਸੀਂ ਰੋਜ਼ ਦਿੱਲੀ ਦਿੱਲੀ ਕਰਦੇ ਹੋ। ਚਲੋ ਸਰ ਠੀਕ ਹੈ, ਪਰ ਸਰ ਰੋਜ਼ ਇੱਥੇ ਦਿੱਲੀ ਦਿੱਲੀ ਦਾ ਜ਼ਿਕਰ ਹੁੰਦਾ। ਜਾਂ ਤਾਂ ਸਰ ਇਹਨਾਂ ਨੂੰ ਕਹਿ ਦਿਓ ਵੀ ਆਪਦੀ ਰੀਜਨਲ ਪਾਰਟੀ ਬਣਾ ਲੈਣ ਤੇ ਕਹਿਣ ਵੀ ਭਾਈ ਮੈਂ ਦਿੱਲੀ ਵਾਲੀ ਪਾਰਟੀ ਦਾ ਮੈਂਬਰ ਨਹੀਂ ਹੈਗਾ। ਤੁਸੀਂ ਨਹੀਂ ਮੰਨਦੇ ਰਾਹੁਲ ਗਾਂਧੀ ਨੂੰ ਆਪਣਾ ਪ੍ਰਧਾਨ। ਇਹ ਜੇ ਬਾਤ ਨਿਕਲੂਗੀ ਤਾਂ ਸਰ ਬੜੀ ਦੂਰ ਤੱਕ ਜਾਊਗੀ। ਜੋ SYL ਦੇ ਪੰਗੇ ਪਏ ਹੋਏ ਇਹਨਾਂ ਦੀ ਪਾਰਟੀ ਨੇ ਪਾਏ ਹੋਏ ਆ। ਤੇ ਰੋਜ਼ ਇੱਥੇ ਤੁਸੀਂ ਦੱਸੋ ਤੁਹਾਡੀ ਹਰਿਆਣੇ ਵਾਲੀ ਪਾਰਟੀ ਦਾ ਉੱਤੇ ਕੀ ਸਟੈਂਡ ਹੈ? ਤੁਹਾਡੇ ਦਿੱਲੀ ਸ਼ੀਲਾ ਦੀਕਸ਼ਿਤ ਮੁੱਖ ਮੰਤਰੀ ਸੀ, ਉਹਨਾਂ ਦਾ ਕੀ ਸਟੈਂਡ ਸੀ? ਸਰ ਜਾਤਾਂ ਨਾ ਇਹ ਹੋਵੇ ਵੀ ਆਪਾਂ ਨਹੀਂ ਇੱਥੇ ਰੀਜਨਲ ਪਾਰਟੀ ਹੋਵੇ, ਇਹ ਤਾਂ ਗੱਲ ਕਰ ਲੈਣ ਫੇਰ ਚੰਗੇ ਲੱਗਦੇ ਆ। ਹਾਲਾਂਕਿ ਘਾਟੇ ਵੀ ਨੇ, ਇਹਨਾਂ ਨੇ ਵੀ ਉਹੀ ਕੁਝ ਕਰਦੇ ਰਹੇ ਹੈਗੇ ਚਟਾਲੇ ਨਾਲ ਮਿਲ ਕੇ, ਪਰ ਇਹ ਗੱਲ ਕਰ ਲੈਣ ਫੇਰ ਵੀ ਰੀਜਨਲ ਪਾਰਟੀ ਹੈ। ਤੁਸੀਂ ਜਿਹੜੇ ਦਿੱਲੀੋਂ ਟਿਕਟਾਂ ਲੈ ਕੇ ਆਉਣੇ, ਉੱਥੋਂ ਤੁਹਾਡੀ ਪਾਰਟੀ ਚੱਲਦੀ ਰਹੀ ਹੈ, ਸਾਰਾ ਕੁਝ ਉੱਥੇ ਕਰਦੇ ਹੋ ਤੇ ਤੁਸੀਂ ਰੋਜ਼ ਦਿੱਲੀ ਦਿੱਲੀ ਕਰਦੇ ਹੋ। बैठो 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 बीबा जी बैठो, आपां बहस नूं अगे तोरीए। सरदार प्रगट सिंह जी, मैं कहा खैरा साहब जवाब दे देणगे, खैरा साहब दी वारी आ हुण, वो कर देना उन्होंने विचे ही कर देना इन्होंने। चलो प्रगट सिंह जी देखो, मैं मीत जी कोई इहो जी भावना नहीं गल करदा। अच्छा कोहली साहब ਆਪਾਂ ਗੱਲ ਕਰ ਲਈ ਹੈ, ਤੁਸੀਂ ਗੱਲ ਦਾ ਜਵਾਬ ਦੇ ਦਿਓ। ਮੈਂ ਗੱਲ ਜੇ ਕੀਤੀ ਹੈ, ਦੇਖੋ ਇੱਥੇ ਡਿਸਕਸ਼ਨ ਦੀ ਗੱਲ ਹੈਗੀ ਆ। ਮੇਰੀ ਤਾਂ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਨਹੀਂ ਬਣੀ, ਇਸ ਕਰਕੇ ਨਹੀਂ ਬਣੀ, ਸੁਣੋ ਮੇਰੀ ਗੱਲ, ਕਿਉਂਕਿ ਮੈਂ ਉਸ ਸਪਿਰਿਟ ਦੇ ਵਿੱਚ ਗੱਲ ਨਹੀਂ ਕਰਦਾ। ਇਹ ਤੁਹਾਨੂੰ ਵੀ ਪਤਾ, ਇਹ ਮੈਨੂੰ ਵੀ ਪਤਾ। ਉਹ ਇਸ ਕਰਕੇ ਨਹੀਂ ਬਣੀ ਕਿਉਂਕਿ ਆਪਾਂ ਹੌਲੀ 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 ਮੇਰੀ ਮੈਂ ਕੱਲ ਵੀ ਇਹ ਗੱਲ ਕਹੀ ਸੀ ਮੀਤ ਜੀ ਵੀ ਇੱਥੇ ਵੀ ਕਾਂਗਰਸ ਦੇ ਵਿੱਚ ਵੀ ਕਮਜ਼ੋਰੀਆਂ ਦਿਖਾਈਆਂ ਗਈਆਂ। ਅੱਜ ਤਾਂ ਆਪਾਂ ਖੜ ਸਕਦੇ ਹਾਂ। ਮੈਂ ਤਾਂ ਇਹ ਗੱਲ ਕਹਿਣਾ ਵੀ ਆਪਾਂ ਉਸ ਮਾਨਸਿਕਤਾ ਤੋਂ ਉੱਭਰ ਆਈਏ, ਹੋਰ ਗੱਲ ਕੁਛ ਨਹੀਂ ਹੈ। ਚਲੋ ਸਰ ਠੀਕ ਹੈ, ਪਰ ਸਰ ਰੋਜ਼ ਇੱਥੇ ਦਿੱਲੀ ਦਿੱਲੀ ਦਾ ਜ਼ਿਕਰ ਹੁੰਦਾ। ਜਾਂ ਤਾਂ ਸਰ ਇਹਨਾਂ ਨੂੰ ਕਹਿ ਦਿਓ ਵੀ ਆਪਦੀ ਰੀਜਨਲ ਪਾਰਟੀ ਬਣਾ ਲੈਣ ਤੇ ਕਹਿਣ ਵੀ ਭਾਈ ਮੈਂ ਦਿੱਲੀ ਵਾਲੀ ਪਾਰਟੀ ਦਾ ਮੈਂਬਰ ਨਹੀਂ ਹੈਗਾ। ਤੁਸੀਂ ਨਹੀਂ ਮੰਨਦੇ ਰਾਹੁਲ ਗਾਂਧੀ ਨੂੰ ਆਪਣਾ ਪ੍ਰਧਾਨ। ਇਹ ਜੇ ਬਾਤ ਨਿਕਲੂਗੀ ਤਾਂ ਸਰ ਬੜੀ ਦੂਰ ਤੱਕ ਜਾਊਗੀ। ਜੋ SYL ਦੇ ਪੰਗੇ ਪਏ ਹੋਏ ਇਹਨਾਂ ਦੀ ਪਾਰਟੀ ਨੇ ਪਾਏ ਹੋਏ ਆ। ਤੇ ਰੋਜ਼ ਇੱਥੇ ਤੁਸੀਂ ਦੱਸੋ ਤੁਹਾਡੀ ਹਰਿਆਣੇ ਵਾਲੀ ਪਾਰਟੀ ਦਾ ਉੱਤੇ ਕੀ ਸਟੈਂਡ ਹੈ? ਤੁਹਾਡੇ ਦਿੱਲੀ ਸ਼ੀਲਾ ਦੀਕਸ਼ਿਤ ਮੁੱਖ ਮੰਤਰੀ ਸੀ, ਉਹਨਾਂ ਦਾ ਕੀ ਸਟੈਂਡ ਸੀ? ਸਰ ਜਾਤਾਂ ਨਾ ਇਹ ਹੋਵੇ ਵੀ ਆਪਾਂ ਨਹੀਂ ਇੱਥੇ ਰੀਜਨਲ ਪਾਰਟੀ ਹੋਵੇ, ਇਹ ਤਾਂ ਗੱਲ ਕਰ ਲੈਣ ਫੇਰ ਚੰਗੇ ਲੱਗਦੇ ਆ। ਹਾਲਾਂਕਿ ਘਾਟੇ ਵੀ ਨੇ, ਇਹਨਾਂ ਨੇ ਵੀ ਉਹੀ ਕੁਝ ਕਰਦੇ ਰਹੇ ਹੈਗੇ ਚਟਾਲੇ ਨਾਲ ਮਿਲ ਕੇ, ਪਰ ਇਹ ਗੱਲ ਕਰ ਲੈਣ ਫੇਰ ਵੀ ਰੀਜਨਲ ਪਾਰਟੀ ਹੈ। ਤੁਸੀਂ ਜਿਹੜੇ ਦਿੱਲੀੋਂ ਟਿਕਟਾਂ ਲੈ ਕੇ ਆਉਣੇ, ਉੱਥੋਂ ਤੁਹਾਡੀ ਪਾਰਟੀ ਚੱਲਦੀ ਰਹੀ ਹੈ, ਸਾਰਾ ਕੁਝ ਉੱਥੇ ਕਰਦੇ ਹੋ ਤੇ ਤੁਸੀਂ ਰੋਜ਼ ਦਿੱਲੀ ਦਿੱਲੀ ਕਰਦੇ ਹੋ। बैठो 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 बीबा जी बैठो, आपां बहस नूं अगे तोरीए। सरदार प्रगट सिंह जी, मैं कहा खैरा साहब जवाब दे देणगे, खैरा साहब दी वारी आ हुण, वो कर देना उन्होंने विचे ही कर देना इन्होंने। चलो प्रगट सिंह जी देखो, मैं मीत जी कोई इहो जी भावना नहीं गल करदा। अच्छा कोहली साहब ਆਪਾਂ ਗੱਲ ਕਰ ਲਈ ਹੈ, ਤੁਸੀਂ ਗੱਲ ਦਾ ਜਵਾਬ ਦੇ ਦਿਓ। ਮੈਂ ਗੱਲ ਜੇ ਕੀਤੀ ਹੈ, ਦੇਖੋ ਇੱਥੇ ਡਿਸਕਸ਼ਨ ਦੀ ਗੱਲ ਹੈਗੀ ਆ। ਮੇਰੀ ਤਾਂ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਨਹੀਂ ਬਣੀ, ਇਸ ਕਰਕੇ ਨਹੀਂ ਬਣੀ, ਸੁਣੋ ਮੇਰੀ ਗੱਲ, ਕਿਉਂਕਿ ਮੈਂ ਉਸ ਸਪਿਰਿਟ ਦੇ ਵਿੱਚ ਗੱਲ ਨਹੀਂ ਕਰਦਾ। ਇਹ ਤੁਹਾਨੂੰ ਵੀ ਪਤਾ, ਇਹ ਮੈਨੂੰ ਵੀ ਪਤਾ। ਉਹ ਇਸ ਕਰਕੇ ਨਹੀਂ ਬਣੀ ਕਿਉਂਕਿ ਆਪਾਂ ਹੌਲੀ 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 ਮੇਰੀ ਮੈਂ ਕੱਲ ਵੀ ਇਹ ਗੱਲ ਕਹੀ ਸੀ ਮੀਤ ਜੀ ਵੀ ਇੱਥੇ ਵੀ ਕਾਂਗਰਸ ਦੇ ਵਿੱਚ ਵੀ ਕਮਜ਼ੋਰੀਆਂ ਦਿਖਾਈਆਂ ਗਈਆਂ। ਅੱਜ ਤਾਂ ਆਪਾਂ ਖੜ ਸਕਦੇ ਹਾਂ। ਮੈਂ ਤਾਂ ਇਹ ਗੱਲ ਕਹਿਣਾ ਵੀ ਆਪਾਂ ਉਸ ਮਾਨਸਿਕਤਾ ਤੋਂ ਉੱਭਰ ਆਈਏ, ਹੋਰ ਗੱਲ ਕੁਛ ਨਹੀਂ ਹੈ। ਜਾਂ ਤਾਂ ਸਰ ਇਹਨਾਂ ਨੂੰ ਕਹਿ ਦਿਓ ਵੀ ਆਪਦੀ ਰੀਜਨਲ ਪਾਰਟੀ ਬਣਾ ਲੈਣ ਤੇ ਕਹਿਣ ਵੀ ਭਾਈ ਮੈਂ ਦਿੱਲੀ ਵਾਲੀ ਪਾਰਟੀ ਦਾ ਮੈਂਬਰ ਨਹੀਂ ਹੈਗਾ। ਤੁਸੀਂ ਨਹੀਂ ਮੰਨਦੇ ਰਾਹੁਲ ਗਾਂਧੀ ਨੂੰ ਆਪਣਾ ਪ੍ਰਧਾਨ। ਇਹ ਜੇ ਬਾਤ ਨਿਕਲੂਗੀ ਤਾਂ ਸਰ ਬੜੀ ਦੂਰ ਤੱਕ ਜਾਊਗੀ। ਜੋ SYL ਦੇ ਪੰਗੇ ਪਏ ਹੋਏ ਇਹਨਾਂ ਦੀ ਪਾਰਟੀ ਨੇ ਪਾਏ ਹੋਏ ਆ। ਜਾਤਾਂ ਨਾ ਇਹ ਹੋਵੇ ਵੀ ਆਪਾਂ ਨਹੀਂ ਇੱਥੇ ਰੀਜਨਲ ਪਾਰਟੀ ਹੋਵੇ, ਇਹ ਤਾਂ ਗੱਲ ਕਰ ਲੈਣ ਫੇਰ ਚੰਗੇ ਲੱਗਦੇ ਆ। ਹਾਲਾਂਕਿ ਘਾਟੇ ਵੀ ਨੇ, ਇਹਨਾਂ ਨੇ ਵੀ ਉਹੀ ਕੁਝ ਕਰਦੇ ਰਹੇ ਹੈਗੇ ਚਟਾਲੇ ਨਾਲ ਮਿਲ ਕੇ, ਪਰ ਇਹ ਗੱਲ ਕਰ ਲੈਣ ਫੇਰ ਵੀ ਰੀਜਨਲ ਪਾਰਟੀ ਹੈ। ਤੁਸੀਂ ਜਿਹੜੇ ਦਿੱਲੀੋਂ ਟਿਕਟਾਂ ਲੈ ਕੇ ਆਉਣੇ ਉੱਥੋਂ ਤੁਹਾਡੀ ਪਾਰਟੀ ਚੱਲਦੀ ਰਹੀ ਹੈ, ਸਾਰਾ ਕੁਝ ਉੱਥੇ ਕਰਦੇ ਹੋ ਤੇ ਤੁਸੀਂ ਰੋਜ਼ ਦਿੱਲੀ ਦਿੱਲੀ ਕਰਦੇ ਹੋ। ਚਲੋ ਸਰ ਠੀਕ ਹੈ, ਪਰ ਸਰ ਰੋਜ਼ ਇੱਥੇ ਦਿੱਲੀ ਦਿੱਲੀ ਦਾ ਜ਼ਿਕਰ ਹੁੰਦਾ। ਜਾਂ ਤਾਂ ਸਰ ਇਹਨਾਂ ਨੂੰ ਕਹਿ ਦਿਓ ਵੀ ਆਪਦੀ ਰੀਜਨਲ ਪਾਰਟੀ ਬਣਾ ਲੈਣ ਤੇ ਕਹਿਣ ਵੀ ਭਾਈ ਮੈਂ ਦਿੱਲੀ ਵਾਲੀ ਪਾਰਟੀ ਦਾ ਮੈਂਬਰ ਨਹੀਂ ਹੈਗਾ। ਤੁਸੀਂ ਨਹੀਂ ਮੰਨਦੇ ਰਾਹੁਲ ਗਾਂਧੀ ਨੂੰ ਆਪਣਾ ਪ੍ਰਧਾਨ। ਇਹ ਜੇ ਬਾਤ ਨਿਕਲੂਗੀ ਤਾਂ ਸਰ ਬੜੀ ਦੂਰ ਤੱਕ ਜਾਊਗੀ। ਜੋ SYL ਦੇ ਪੰਗੇ ਪਏ ਹੋਏ ਇਹਨਾਂ ਦੀ ਪਾਰਟੀ ਨੇ ਪਾਏ ਹੋਏ ਆ ਤੇ ਰੋਜ਼ ਇੱਥੇ ਤੁਸੀਂ ਦੱਸੋ ਤੁਹਾਡੀ ਹਰਿਆਣੇ ਵਾਲੀ ਪਾਰਟੀ ਦਾ ਉੱਤੇ ਕੀ ਸਟੈਂਡ ਹੈ? ਤੁਹਾਡੇ ਦਿੱਲੀ ਸ਼ੀਲਾ ਦੀਕਸ਼ਿਤ ਮੁੱਖ ਮੰਤਰੀ ਸੀ, ਉਹਨਾਂ ਦਾ ਕੀ ਸਟੈਂਡ ਸੀ? ਸਰ ਜਾਤਾ ਨਾ ਇਹ ਹੋਵੇ ਵੀ ਆਪਾਂ ਨਹੀਂ ਇੱਥੇ ਰੀਜਨਲ ਪਾਰਟੀ ਹੋਵੇ, ਇਹ ਤਾਂ ਗੱਲ ਕਰ ਲੈਣ ਫੇਰ ਚੰਗੇ ਲੱਗਦੇ ਆ। ਹਾਲਾਂਕਿ ਘਾਟੇ ਵੀ ਨੇ, ਇਹਨਾਂ ਨੇ ਵੀ ਉਹੀ ਕੁਝ ਕਰਦੇ ਰਹੇ ਹੈਗੇ ਚਟਾਲੇ ਨਾਲ ਮਿਲ ਕੇ, ਪਰ ਇਹ ਗੱਲ ਕਰ ਲੈਣ ਫੇਰ ਵੀ ਰੀਜਨਲ ਪਾਰਟੀ ਹੈ। ਤੁਸੀਂ ਜਿਹੜੇ ਦਿੱਲੀੋਂ ਟਿਕਟਾਂ ਲੈ ਕੇ ਆਉਣੇ ਉੱਥੋਂ ਤੁਹਾਡੀ ਪਾਰਟੀ ਚੱਲਦੀ ਰਹੀ ਹੈ, ਸਾਰਾ ਕੁਝ ਉੱਥੇ ਕਰਦੇ ਹੋ ਤੇ ਤੁਸੀਂ ਰੋਜ਼ ਦਿੱਲੀ ਦਿੱਲੀ ਕਰਦੇ ਹੋ। बैठो 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 बीबा जी बैठो, आप बहस नूं अगे तोरीए। सरदार प्रगट सिंह जी, मैं कहा खैरा साहब जवाब दे देणगे, खैरा साहब की वारी है हुण, वो कर देना उन्होंने विच ही कर देना इन्होंने। चलो प्रगट सिंह जी देखो मैं मीत जी कोई इहो जी भावना नहीं गल करदा। अच्छा कोहली साहब ਆਪਾਂ ਗੱਲ ਕਰ ਲਈ ਹੈ, ਤੁਸੀਂ ਗੱਲ ਦਾ ਜਵਾਬ ਦੇ ਦਿਓ। ਮੈਂ ਗੱਲ ਜੇ ਕੀਤੀ ਹੈ, ਦੇਖੋ ਇੱਥੇ ਡਿਸਕਸ਼ਨ ਦੀ ਗੱਲ ਹੈਗੀ ਆ। ਮੇਰੀ ਤਾਂ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਨਹੀਂ ਬਣੀ, ਇਸ ਕਰਕੇ ਨਹੀਂ ਬਣੀ, ਸੁਣੋ ਮੇਰੀ ਗੱਲ, ਕਿਉਂਕਿ ਮੈਂ ਉਸ ਸਪਿਰਿਟ ਦੇ ਵਿੱਚ ਗੱਲ ਨਹੀਂ ਕਰਦਾ। ਇਹ ਤੁਹਾਨੂੰ ਵੀ ਪਤਾ, ਇਹ ਮੈਨੂੰ ਵੀ ਪਤਾ। ਉਹ ਇਸ ਕਰਕੇ ਨਹੀਂ ਬਣੀ ਕਿਉਂਕਿ ਆਪਾਂ ਹੌਲੀ ਹੌਲੀ ਮੇਰੀ ਮੈਂ ਕੱਲ ਵੀ ਇਹ ਗੱਲ ਕਹੀ ਸੀ ਮੀਤ ਜੀ ਵੀ ਇੱਥੇ ਵੀ ਕਾਂਗਰਸ ਦੇ ਵਿੱਚ ਵੀ ਕਮਜ਼ੋਰੀਆਂ ਦਿਖਾਈਆਂ ਗਈਆਂ। ਅੱਜ ਤਾਂ ਆਪਾਂ ਖੜ ਸਕਦੇ ਆ। ਮੈਂ ਤਾਂ ਇਹ ਗੱਲ ਕਹਿਣਾ ਵੀ ਆਪਾਂ ਉਸ ਮਾਨਸਿਕਤਾ ਤੋਂ ਉੱਭਰ ਆਈਏ, ਹੋਰ ਗੱਲ ਕੁਛ ਨਹੀਂ ਹੈ। ਚਲੋ ਸਰ ਠੀਕ ਹੈ, ਪਰ ਸਰ ਰੋਜ਼ ਇੱਥੇ ਦਿੱਲੀ ਦਿੱਲੀ ਦਾ ਜ਼ਿਕਰ ਹੁੰਦਾ। ਜਾਂ ਤਾਂ ਸਰ ਇਹਨਾਂ ਨੂੰ ਕਹਿ ਦਿਓ ਵੀ ਆਪਦੀ ਰੀਜਨਲ ਪਾਰਟੀ ਬਣਾ ਲੈਣ ਤੇ ਕਹਿਣ ਵੀ ਭਾਈ ਮੈਂ ਦਿੱਲੀ ਵਾਲੀ ਪਾਰਟੀ ਦਾ ਮੈਂਬਰ ਨਹੀਂ ਹੈਗਾ। ਤੁਸੀਂ ਨਹੀਂ ਮੰਨਦੇ ਰਾਹੁਲ ਗਾਂਧੀ ਨੂੰ ਆਪਣਾ ਪ੍ਰਧਾਨ। ਇਹ ਜੇ ਬਾਤ ਨਿਕਲੂਗੀ ਤਾਂ ਸਰ ਬੜੀ ਦੂਰ ਤੱਕ ਜਾਊਗੀ। ਜੋ SYL ਦੇ ਪੰਗੇ ਪਏ ਹੋਏ ਇਹਨਾਂ ਦੀ ਪਾਰਟੀ ਨੇ ਪਾਏ ਹੋਏ ਆ ਤੇ ਰੋਜ਼ ਇੱਥੇ ਤੁਸੀਂ ਦੱਸੋ ਤੁਹਾਡੀ ਹਰਿਆਣੇ ਵਾਲੀ ਪਾਰਟੀ ਦਾ ਉੱਤੇ ਕੀ ਸਟੈਂਡ ਹੈ? ਤੁਹਾਡੇ ਦਿੱਲੀ ਸ਼ੀਲਾ ਦੀਕਸ਼ਿਤ ਮੁੱਖ ਮੰਤਰੀ ਸੀ, ਉਹਨਾਂ ਦਾ ਕੀ ਸਟੈਂਡ ਸੀ? ਸਰ ਜਾਤਾ ਨਾ ਇਹ ਹੋਵੇ ਵੀ ਆਪਾਂ ਨਹੀਂ ਇੱਥੇ ਰੀਜਨਲ ਪਾਰਟੀ ਹੋਵੇ, ਇਹ ਤਾਂ ਗੱਲ ਕਰ ਲੈਣ ਫੇਰ ਚੰਗੇ ਲੱਗਦੇ ਆ। ਹਾਲਾਂਕਿ ਘਾਟੇ ਵੀ ਨੇ, ਇਹਨਾਂ ਨੇ ਵੀ ਉਹੀ ਕੁਝ ਕਰਦੇ ਰਹੇ ਹੈਗੇ ਚਟਾਲੇ ਨਾਲ ਮਿਲ ਕੇ, ਪਰ ਇਹ ਗੱਲ ਕਰ ਲੈਣ ਫੇਰ ਵੀ ਰੀਜਨਲ ਪਾਰਟੀ ਹੈ। ਤੁਸੀਂ ਜਿਹੜੇ ਦਿੱਲੀੋਂ ਟਿਕਟਾਂ ਲੈ ਕੇ ਆਉਣੇ ਉੱਥੋਂ ਤੁਹਾਡੀ ਪਾਰਟੀ ਚੱਲਦੀ ਰਹੀ ਹੈ, ਸਾਰਾ ਕੁਝ ਉੱਥੇ ਕਰਦੇ ਹੋ ਤੇ ਤੁਸੀਂ ਰੋਜ਼ ਦਿੱਲੀ ਦਿੱਲੀ ਕਰਦੇ ਹੋ। बैठो 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 बीबा जी बैठो, आप बहस नूं अगे तोरीए। सरदार प्रगट सिंह जी, मैं कहा खैरा साहब जवाब दे देणगे, खैरा साहब की वारी है हुण, वो कर देना उन्होंने विच ही कर देना इन्होंने। चलो प्रगट सिंह जी देखो मैं मीत जी कोई इहो जी भावना नहीं गल करदा। अच्छा कोहली साहब ਆਪਾਂ ਗੱਲ ਕਰ ਲਈ ਹੈ, ਤੁਸੀਂ ਗੱਲ ਦਾ ਜਵਾਬ ਦੇ ਦਿਓ। ਮੈਂ ਗੱਲ ਜੇ ਕੀਤੀ ਹੈ, ਦੇਖੋ ਇੱਥੇ ਡਿਸਕਸ਼ਨ ਦੀ ਗੱਲ ਹੈਗੀ ਆ। ਮੇਰੀ ਤਾਂ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਨਹੀਂ ਬਣੀ, ਇਸ ਕਰਕੇ ਨਹੀਂ ਬਣੀ, ਸੁਣੋ ਮੇਰੀ ਗੱਲ, ਕਿਉਂਕਿ ਮੈਂ ਉਸ ਸਪਿਰਿਟ ਦੇ ਵਿੱਚ ਗੱਲ ਨਹੀਂ ਕਰਦਾ। ਇਹ ਤੁਹਾਨੂੰ ਵੀ ਪਤਾ, ਇਹ ਮੈਨੂੰ ਵੀ ਪਤਾ। ਉਹ ਇਸ ਕਰਕੇ ਨਹੀਂ ਬਣੀ ਕਿਉਂਕਿ ਆਪਾਂ ਹੌਲੀ ਹੌਲੀ ਮੇਰੀ ਮੈਂ ਕੱਲ ਵੀ ਇਹ ਗੱਲ ਕਹੀ ਸੀ ਮੀਤ ਜੀ ਵੀ ਇੱਥੇ ਵੀ ਕਾਂਗਰਸ ਦੇ ਵਿੱਚ ਵੀ ਕਮਜ਼ੋਰੀਆਂ ਦਿਖਾਈਆਂ ਗਈਆਂ। ਅੱਜ ਤਾਂ ਆਪਾਂ ਖੜ ਸਕਦੇ ਆ। ਮੈਂ ਤਾਂ ਇਹ ਗੱਲ ਕਹਿਣਾ ਵੀ ਆਪਾਂ ਉਸ ਮਾਨਸਿਕਤਾ ਤੋਂ ਉੱਭਰ ਆਈਏ, ਹੋਰ ਗੱਲ ਕੁਛ ਨਹੀਂ ਹੈ।